Hello friends, I'm dietitian Pallavi Jassal from Live Life More Diet and Wellness Clinic Chandigarh and livelifemore.com. ਅੱਜ ਅਸੀਂ ਇੱਕ ਐਸੇ ਸੁਪਰ ਫੂਡ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹਦੇ ਬਾਰੇ ਤੁਸੀਂ ਅੱਜ ਕੱਲ੍ਹ ਬਹੁਤ ਸੁਣਦੇ ਹੋ। ਬਹੁਤ ਸਾਰੇ ਪੇਸ਼ੈਂਟਸ ਮੈਨੂੰ ਸਵਾਲ ਕਰਦੇ ਹੈ ਕਿ ਇਹ ਸੁਪਰ ਫੂਡ ਲੈਣ ਨਾਲ ਕੀ ਅਸੀਂ ਪਤਲੇ ਹੋ ਜਾਵਾਂਗੇ, ਔਰ ਇਸ ਸੁਪਰ ਫੂਡ ਦੇ ਬਾਰੇ ਬਹੁਤ ਸਾਰੀਆਂ ਨੈੱਟ 'ਤੇ ਬਹੁਤ ਸਾਰਾ ਵਟਸਐਪ 'ਤੇ ਤੁਹਾਨੂੰ ਮੈਸੇਜਿਸ ਆਉਂਦੇ ਹੈ। ਲੇਕਿਨ ਅੱਜ ਜਿਹੜੇ ਸੁਪਰ ਫੂਡ ਬਾਰੇ ਅਸੀਂ ਗੱਲ ਕਰਾਂਗੇ ਉਹ ਹੈ ਵੀਟ ਗ੍ਰਾਸ। ਵੀਟ ਗ੍ਰਾਸ ਦਾ ਮਤਲਬ ਹੈ ਯੰਗ ਵੀਟ ਪਲਾਂਟ। ਵੀਟ ਗ੍ਰਾਸ ਬਹੁਤ ਸਾਰੀਆਂ ਫਾਰਮੂਲੇਸ਼ਨਸ ਤੁਸੀਂ ਮਾਰਕੀਟ ਵਿੱਚ ਦੇਖਿਆ ਹੋਏਗਾ। ਵੀਟ ਗ੍ਰਾਸ ਪਾਊਡਰ ਹੁੰਦਾ ਹੈ, ਵੀਟ ਗ੍ਰਾਸ ਜੂਸ ਹੁੰਦਾ ਹੈ, ਵੀਟ ਗ੍ਰਾਸ ਦੀਆਂ ਟੈਬਲੇਟਸ ਆਉਂਦੀਆਂ, ਜਾਂ ਆਮ ਤੌਰ 'ਤੇ ਅੱਜ ਕੱਲ੍ਹ ਛੋਟੇ ਛੋਟੇ ਪੋਟਸ ਦੇ ਵਿੱਚ ਇਹਨੂੰ ਘਰ ਉਗਾਇਆ ਜਾਂਦਾ ਹੈ। ਇਹਦਾ ਸਹੀ ਤਰੀਕਾ ਮੈਂ ਤੁਹਾਨੂੰ ਦੱਸਾਂਗੀ ਕਿ ਕੀ ਹੁੰਦਾ ਕੰਜ਼ਿਊਮ ਕਰਨ ਦਾ। ਲੇਕਿਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਵੀਟ ਗ੍ਰਾਸ ਦੇ ਵਿੱਚ ਕੀ ਨਿਊਟ੍ਰੀਐਂਟਸ ਤੁਹਾਨੂੰ ਮਿਲਦੇ ਹੈ। ਵੀਟ ਗ੍ਰਾਸ ਦੇ ਵਿੱਚ 70% ਕਲੋਰੋਫਿਲ ਹੁੰਦੀ ਹੈ। ਕਲੋਰੋਫਿਲ ਉਹ ਪਿਗਮੈਂਟ ਹੁੰਦਾ ਹੈ ਜਿਹੜਾ ਕਿ ਪਲਾਂਟਸ ਨੂੰ ਗ੍ਰੀਨ ਕਲਰ ਦਿੰਦਾ ਹੈ, ਔਰ ਇਹ ਹਾਈ ਪ੍ਰੋਟੀਨ ਡਾਇਟ ਹੁੰਦੀ ਹੈ। ਸੋ ਕਲੋਰੋਫਿਲ ਦੀ ਕੁਆਂਟਿਟੀ ਜ਼ਿਆਦਾ ਹੋਣ ਕਰਕੇ ਇਹਦੇ ਵਿੱਚ ਐਂਟੀ ਆਕਸੀਡੈਂਟ ਲੈਵਲਸ ਬਹੁਤ ਹਾਈ ਹੁੰਦੇ ਹੈ। ਤੁਹਾਡੀਆਂ ਏਜ ਰਿਲੇਟਿਡ ਜਿਹੜੀਆਂ ਵੀ ਡੀਜਨਰੇਟਿਵ ਪ੍ਰੋਬਲਮਸ ਹੈਗੀਆਂ ਉਹਨੂੰ ਸੋਲਵ ਕਰਨ ਦੇ ਵਿੱਚ ਵੀਟ ਗ੍ਰਾਸ ਤੁਹਾਡੀ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹਦੇ ਵਿੱਚ 17 ਅਮਾਈਨੋ ਐਸਿਡਸ ਹੁੰਦੇ ਹੈ ਜਿਹੜੇ ਕਿ ਤੁਹਾਡੇ ਪ੍ਰੋਟੀਨ ਮੈਟਾਬੋਲਿਜ਼ਮ ਨੂੰ ਫਾਸਟਰ ਕਰਦੇ ਹੈ ਔਰ ਤੁਹਾਡੀ ਬੋਡੀ ਨੂੰ ਐਡੀਕੁਏਟ ਨਿਊਟ੍ਰੀਸ਼ਨ ਦਿੰਦੇ ਹੈ। ਇਸ ਤੋਂ ਇਲਾਵਾ ਬਹੁਤ ਪ੍ਰੈਸ਼ੀਅਸ ਵਿਟਾਮਿਨ ਐਂਡ ਮਿਨਰਲਸ ਤੁਹਾਨੂੰ ਮਿਲਦੇ ਹੈ ਵੀਟ ਗ੍ਰਾਸ ਦੇ ਵਿੱਚ, ਜਿਵੇਂ ਕਿ ਜ਼ਿੰਕ, ਸਿਲੀਨੀਅਮ ਐਂਡ ਕਾਪਰ। ਇਹ ਸਾਰੇ ਐਂਟੀ ਆਕਸੀਡੈਂਟਸ ਹੁੰਦੇ ਹੈ, ਤੁਹਾਡੀ ਸਕਿਨ ਲਈ ਬਹੁਤ ਅੱਛੇ ਹੈ। ਤੁਹਾਡੀ ਬੋਡੀ ਦੇ ਵਿੱਚ ਜੇ ਕੋਈ ਇਮਿਊਨ ਸਿਸਟਮ ਦੇ ਵਿੱਚ ਦਿੱਕਤ ਹੈਗੀ ਹੈ ਤਾਂ ਇਹਨੂੰ ਤੁਸੀਂ ਯੂਜ਼ ਜ਼ਰੂਰ ਕਰੋ। ਨਾ ਬਹੁਤ ਸਾਰੇ ਪੇਸ਼ੈਂਟ ਸਾਨੂੰ ਇਹ ਪੁੱਛਦੇ ਹੈ ਕਿ ਅਸੀਂ ਵੀਟ ਗ੍ਰਾਸ ਲੈਣੀ ਸ਼ੁਰੂ ਕੀਤੀ ਹੈ ਕਿਉਂਕਿ ਪਾਕ ਦੇ ਬਾਹਰ ਇੱਕ ਵੀਟ ਗ੍ਰਾਸ ਵਾਲਾ ਖੜਾ ਹੁੰਦਾ ਹੈ ਔਰ ਉਹ ਇਹ ਕਹਿੰਦਾ ਹੈ ਕਿ ਤੁਹਾਨੂੰ ਵੇਟ ਲੋਸ ਦੇ ਵਿੱਚ ਹੈਲਪ ਮਿਲੇਗੀ। ਐਂਡ ਡੈਫੀਨੇਟਲੀ ਇਹਦਾ ਆਨਸਰ ਯੈਸ ਹੈ। ਸੋ ਵੀਟ ਗ੍ਰਾਸ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਦਾ ਹੈ। ਜਦੋਂ ਤੁਸੀਂ ਐਂਟੀ ਆਕਸੀਡੈਂਟਸ ਲੈਂਦੇ ਹੋ ਤੁਹਾਡੀ ਬੋਡੀ ਦੇ ਵਿੱਚ ਜਿਹੜੀਆਂ ਵੀ ਫਾਸਟਰ ਚੇਂਜਸ ਹੋ ਰਹੀਆਂ, ਜਿਹੜੀਆਂ ਕਿ ਤੁਹਾਨੂੰ ਬੁਢਾਪੇ ਦੀ ਤਰਫ ਲੈ ਕੇ ਜਾ ਰਹੀਆਂ, ਜਿਹੜਾ ਕਿ ਫੈਟ ਸੈਲਸ ਨੂੰ ਵਧਾ ਰਹੀਆਂ, ਉਹਨਾਂ ਨੂੰ ਰਿਡਿਊਸ ਕਰਨ ਦੇ ਵਿੱਚ ਇਹ ਤੁਹਾਨੂੰ ਹੈਲਪ ਕਰ ਸਕਦਾ ਹੈ। ਸੋ ਨੈਕਸਟ ਸਵਾਲ ਇਹ ਪੇਸ਼ੈਂਟਸ ਦਾ ਜ਼ਰੂਰ ਹੁੰਦਾ ਹੈ ਕਿ ਵੀਟ ਗ੍ਰਾਸ ਕਿਸ ਫਾਰਮ ਵਿੱਚ ਬੈਸਟ ਹੁੰਦਾ, ਬਿਕੋਜ਼ ਜਿਵੇਂ ਆਪਾਂ ਡਿਸਕਸ ਕੀਤਾ ਬਹੁਤ ਸਾਰੀਆਂ ਵਰਾਇਟੀਜ਼, ਬਹੁਤ ਸਾਰੇ ਫਾਰਮੂਲੇਸ਼ਨਸ ਅਵੇਲੇਬਲ ਹੈਗੇ ਆ। ਮੈਂ ਇਸ ਗੱਲ 'ਚ ਬਹੁਤ ਫਰਮ ਹਾਂ ਕਿ ਜਿਹੜਾ ਓਰੀਜਨਲ ਵੀਟ ਗ੍ਰਾਸ ਹੈ, ਜਿਹੜਾ ਓਰੀਜਨਲ ਵੀਟ ਗ੍ਰਾਸ ਜੂਸ ਹੈ, ਉਹ ਬਹੁਤ ਅੱਛਾ ਹੁੰਦਾ ਹੈ। ਕੁਛ ਨਹੀਂ ਕਰਨਾ, ਤੁਸੀਂ ਵੀਟ ਗ੍ਰਾਸ ਆਪਣੇ ਘਰ ਦੇ ਵਿੱਚ ਕਿਸੇ ਵੀ ਬਰਤਨ ਦੇ ਵਿੱਚ ਉਗਾ ਸਕਦੇ ਹੋ। ਜਦੋਂ ਵੀਟ ਗ੍ਰਾਸ ਥੋੜ੍ਹਾ ਜਿਹਾ ਵੱਡਾ ਹੋ ਜਾਵੇ, ਉਹਦੀਆਂ ਰੂਟਸ ਨੂੰ ਕੱਟੋ, ਉਹਨੂੰ ਅੱਛੀ ਤਰ੍ਹਾਂ ਵਾਸ਼ ਕਰੋ, ਔਰ ਉਹਨੂੰ ਬਹੁਤ ਜ਼ਿਆਦਾ ਤੁਸੀਂ ਰਬ ਕਰਕੇ ਵਾਸ਼ ਨਹੀਂ ਕਰਨਾ, ਕਿਉਂਕਿ ਜਿਹੜੇ ਵਾਟਰ ਸੋਲਬਲ ਵਾਈਟਮਿਨਸ ਹੈਗੇ ਆ BNC, ਉਹ ਡਿਸਟਰੋਏ ਨਾ ਹੋ ਜਾਣ। ਉਹਨੂੰ ਤੁਸੀਂ ਇੱਕ ਕੱਪ ਵੀਟ ਗ੍ਰਾਸ ਲੈ ਕੇ ਉਹਨੂੰ ਬਲੈਂਡਰ 'ਚ ਪਾਓ ਔਰ ਇੱਕ ਕੱਪ ਪਾਣੀ ਦਾ ਪਾ ਕੇ ਉਹਨੂੰ ਬਲੈਂਡ ਕਰੋ ਔਰ ਉਹਨੂੰ ਸਵੇਰੇ ਖਾਲੀ ਪੇਟ ਲਓ। ਇਹਦੇ ਨਾਲ ਤੁਹਾਨੂੰ ਬਹੁਤ ਅੱਛਾ ਰਿਜ਼ਲਟ ਮਿਲੇਗਾ ਵੇਟ ਲੋਸ ਦੇ ਵਿੱਚ ਵੀ। ਲੇਕਿਨ ਵੇਟ ਲੋਸ ਤੋਂ ਇਲਾਵਾ ਵੀਟ ਗ੍ਰਾਸ ਦੀਆਂ ਬਹੁਤ ਸਾਰੀਆਂ ਹੋਰ ਵੀ ਬਹੁਤ ਫਾਇਦੇ ਹੈ, ਜਿਵੇਂ ਕਿ ਜਿਹੜੇ ਪੇਸ਼ੈਂਟਸ ਨੂੰ ਇਰੀਟੇਬਲ ਬੋਵਲ ਸਿੰਡਰੋਮ ਹੁੰਦਾ ਹੈ, ਜਾਂ ਜਿਹੜੇ ਪੇਸ਼ੈਂਟਸ ਨੂੰ ਹਾਈਪਰ ਐਸਿਡਿਟੀ ਦੀ ਪ੍ਰੋਬਲਮ ਹੁੰਦੀ ਹੈ, ਔਰ ਪਰਟੀਕੁਲਰਲੀ ਜਿਹੜੇ ਮੇਰੇ ਲਿਵਰ ਡਿਸਆਰਡਰਸ ਦੇ ਪੇਸ਼ੈਂਟਸ ਹੈਗੇ, ਮੈਂ ਉਹਨੂੰ ਡੈਫੀਨੇਟਲੀ ਵੀਟ ਗ੍ਰਾਸ ਰੈਕਮੈਂਡ ਕਰਦੀ ਹਾਂ, ਬਿਕੋਜ਼ ਇਹ ਐਲਕਲਾਈਜ਼ਿੰਗ ਹੈ। ਤੁਹਾਡੇ ਸਰੀਰ ਦੇ ਵਿੱਚ ਜਿੰਨੇ ਵੀ ਪ੍ਰੋਬਲਮਸ ਹੁੰਦੀਆਂ, ਮੋਸਟਲੀ ਉਹ ਤੁਹਾਡੇ ਸਰੀਰ ਦਾ ਜੇ ਬੈਲੈਂਸ ਐਸਿਡਿਕ ਹੋ ਜਾਂਦਾ ਹੈ ਤਾਂ ਇਸ ਕਰਕੇ ਹੁੰਦੀਆਂ, ਵੀਟ ਗ੍ਰਾਸ ਉਹਨੂੰ ਐਲਕਲਾਈਜ਼ ਕਰਦਾ ਹੈ। ਸੋ ਜੇ ਤੁਹਾਨੂੰ ਕੋਈ ਵੀ ਲਿਵਰ ਦੀ ਪ੍ਰੋਬਲਮ ਹੈ ਜਾਂ ਤੁਹਾਡੀ ਫੈਮਿਲੀ ਹਿਸਟਰੀ ਰਹੀ ਹੈ ਕੈਂਸਰ ਦੀ, ਤਾਂ ਇਹ ਐਂਟੀ ਆਕਸੀਡੈਂਟ ਰਿਚ ਹੋਣ ਦੇ ਕਰਕੇ ਉਸ ਚੀਜ਼ ਨੂੰ ਵੀ ਪ੍ਰੀਵੈਂਟ ਕਰਨ ਵਿੱਚ ਹੈਲਪ ਕਰਦਾ ਹੈ। ਸੋ ਵੀਟ ਗ੍ਰਾਸ ਇਜ਼ ਵੈਰੀ ਇੰਪੋਰਟੈਂਟ ਫੋਰ ਯੋਰ ਗੁੱਡ ਹੈਲਥ। ਜੇ ਵੇਟ ਲੂਜ਼ ਕਰਨਾ ਚਾਹੁੰਦੇ ਹੋ, ਆਪਣੇ ਸਰੀਰ ਦੀ ਐਸਿਡਿਟੀ ਘੱਟ ਕਰਨਾ ਚਾਹੁੰਦੇ ਹੋ, ਹੈਲਦੀ ਲਿਵਰ ਚਾਹੁੰਦੇ ਹੋ, ਗਲੋਇੰਗ ਸਕਿਨ ਚਾਹੁੰਦੇ ਹੋ, ਤਾਂ ਤੁਸੀਂ ਇੱਕ ਕੱਪ ਵੀਟ ਗ੍ਰਾਸ ਜੂਸ ਰੋਜ਼ ਲਓ। ਦਿਸ ਇਜ਼ ਡਾਇਟੀਸ਼ੀਅਨ ਪੱਲਵੀ ਜੱਸਲ ਨਾਓ ਸੇਇੰਗ ਬਾਏ, ਐਂਡ ਟਿਲ ਵੀ ਮੀਟ ਅਗੇਨ, ਸਟੇ ਬਲੈਸਡ ਐਂਡ ਲਿਵ ਲਾਈਫ ਮੋਰ।